ਵਕਫੇ ਤੋਂ ਬਾਅਦ ਸਾਰਿਆਂ ਦਾ ਜੀ ਆਇਆਂ ਨੂੰ ਜੀ। ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਹਨ ਡੀਜੇ ਸੁਖਜਿੰਦਰ, ਜਿਨ੍ਹਾਂ ਨੂੰ ਸਾਊਥ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਪਹਿਚਾਣਿਆ ਜਾਂਦਾ ਹੈ ਕਿ ਜਦ ਕਿਸੇ ਨੂੰ ਆਪਣੇ ਘਰ ਦੇ ਵਿੱਚ ਯਾਨੀ ਕਿ ਪਿੰਡ ਦੇ ਵਿੱਚ, ਆਪਣੇ ਮੁਲਕ ਦੇ ਵਿੱਚ, ਆਪਣੀ ਸਿਟੀ ਦੇ ਵਿੱਚ ਪੈਸੇ ਪਹੁੰਚਾਉਣੇ ਹੋਣ ਤਾਂ ਰੀਆ ਮਨੀ ਟ੍ਰਾਂਸਫਰ। ਲੇਕਿਨ ਪਹਿਚਾਣ ਇਹਨਾਂ ਦੀ ਰੀਆ ਮਨੀ ਟ੍ਰਾਂਸਫਰ ਦੇ ਨਾਲ ਹੀ ਨਹੀਂ ਬਲਕਿ ਡੀਜੇ ਦੇ ਨਾਂ ਤੋਂ ਵੀ ਹੈ। ਔਰ ਇਹਨਾਂ ਦੇ ਆਊਟਲੈਟ ਦੇ ਵਿੱਚ ਤੁਹਾਨੂੰ ਹਰ ਉਹ ਆਈਟਮ ਔਰ ਹਰ ਉਹ ਸਰਵਿਸਿਜ਼ ਮਿਲਣਗੀਆਂ ਜੋ ਤੁਹਾਡੀ ਨਿੱਜੀ ਜ਼ਿੰਦਗੀ ਲਈ ਜ਼ਰੂਰੀ ਹਨ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡੀਜੇ ਸੁਖਜਿੰਦਰ ਦੇ ਨਾਲ ਕਿ ਉਹਨਾਂ ਦੇ ਲਈ ਕਸਟਮਰ ਕਿੰਨੇ ਕੁ ਵੈਲਿਊ ਰੱਖਦੇ ਹਨ। ਸਟੋਰ 'ਤੇ ਆਉਣ ਵਾਲਾ ਚਾਹੇ ਕੋਈ ਸਿੰਗਲ ਪੈਣੀ ਦਾ ਹੀ ਬਿਜ਼ਨਸ ਦਿੰਦਾ, ਮੈਂ ਉਸ ਆਦਮੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਸਟੋਰ 'ਤੇ ਆਉਂਦੇ ਆ। ਬਾਕੀ ਰੀਆ ਵੱਲੋਂ ਬਿੱਲ ਪੇਮੈਂਟ ਜੀ, ਸਾਰੀਆਂ ਬਿੱਲ ਪੇਮੈਂਟ ਜਿੰਨੀਆਂ ਵੀ ਹੁੰਦੀਆਂ ਘਰੇਲੂ, ਬਿਜਲੀ ਗੈਸ ਵਗੈਰਾ ਬਿੱਲ ਵਗੈਰਾ ਜਾਂ ਮੋਰਗੇਜ, ਉਹ ਬਿਨਾਂ ਫੀਸ ਤੋਂ ਆਪਾਂ ਕਰਦੇ ਹਾਂ। ਮਨੀ ਆਰਡਰ ਦਾ ਕੰਮ ਜੀ, ਉਹ ਵੀ ਬਿਨਾਂ ਫੀਸ ਤੋਂ ਹੀ ਕਰਦੇ ਹਾਂ। ਓਕੇ, ਅਤੇ ਭਾਜੀ ਜਿਹੜੇ ਹੋਰ ਵੱਖ ਵੱਖ ਅਦਾਇਰੇ ਨੇ, ਚਾਹੇ ਉਹ ਵੈਸਟਰਨ ਯੂਨੀਅਨ ਹੋਏ ਜਾਂ ਮਨੀਗ੍ਰਾਮ ਹੋਏ ਜਾਂ ਜਿਹੜੇ ਹੋਰ ਮਨੀ ਟ੍ਰਾਂਸਫਰ ਦਾ ਕੰਮ ਕਰਦੇ ਨੇ, ਤਾਂ ਤੁਸੀਂ ਰੀਆ ਮਨੀ ਟ੍ਰਾਂਸਫਰ ਨੂੰ ਹੀ ਕਿਉਂ ਚੂਜ਼ ਕੀਤਾ? ਵਧੀਆ ਕਸਟਮਰ ਸੈਟਿਸਫਾਈ ਹੈ ਤੋਂ, ਓਕੇ ਸਰਵਿਸ ਵਧੀਆ। ਓਕੇ, ਸਰਵਿਸ ਕਿਸ ਤਰੀਕੇ ਨਾਲ ਵਧੀਆ? ਇਹਨਾਂ ਦੀ ਸਰਵਿਸ ਹਰ ਪਾਸੇ ਵਧੀਆ, ਰੇਟ ਵੱਲੋਂ ਓਕੇ, ਕਿਉਂਕਿ ਆਪਣੀ ਕੋਸ਼ਿਸ਼ ਇਹੀ ਹੈ ਕਿ ਜੋ ਕਸਟਮਰ ਹੁੰਦਾ ਉਹਨੂੰ 10 ਪੈਸੇ 20 ਪੈਸੇ ਜ਼ਿਆਦਾ ਰੇਟ ਮਿਲੇ ਤਾਂ ਕਸਟਮਰ ਵੀ ਖੁਸ਼, ਮੈਂ ਵੀ ਖੁਸ਼। ਮਤਲਬ ਜਿਹੜਾ ਡਾਲਰ ਦਾ ਰੇਟ ਹੈ ਉਹ ਦੂਜਿਆਂ ਅਦਾਰਿਆਂ ਤੋਂ ਤੁਸੀਂ ਵੱਧ ਕੇ ਦਿੰਦੇ ਹੋ ਜੀ? ਓਕੇ, ਔਰ ਜਿਹੜੀ ਫੀਸ ਹੈਗੀ ਹੈ ਮਨੀ ਟ੍ਰਾਂਸਫਰ ਕਰਾਉਣ ਦੀ ਸਾਰਿਆਂ ਨਾਲੋਂ ਘੱਟ ਹੈ? ਉਹ ਘੱਟ ਹੈ। ਓਕੇ ਓਕੇ, ਔਰ ਜੇਕਰ ਅਸੀਂ ਬੈਂਕ ਫੈਸਿਲਿਟੀਜ਼ ਦੀ ਗੱਲ ਕਰੀਏ ਤਾਂ ਰੀਆ ਮਨੀ ਟ੍ਰਾਂਸਫਰ ਕਿੱਥੇ ਸਟੈਂਡ ਕਰਦਾ? ਬੈਸਟ, ਟੌਪ, ਟੌਪ 'ਤੇ ਸਟੈਂਡ ਕਰਦਾ। ਉਹ ਕਿਵੇਂ? 10 ਮਿੰਟ ਦੇ ਵਿੱਚ ਇੱਕ ਕਸਟਮਰ ਨੇ ਬੈਂਕ ਡਿਪੋਜ਼ਿਟ ਕਰਵਾਇਆ, ਦੂਸਰਾ ਕਸਟਮਰ ਤੋਂ ਬਾਅਦ ਤੀਸਰੇ 'ਤੇ ਉਹ ਆਪਣਾ ਔਨਲਾਈਨ ਚੈੱਕ ਕਰ ਸਕਦੇ, ਉਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ ਵਿੱਚ ਹੁੰਦੇ। ਓਕੇ, ਇਹ ਦੂਜੇ ਜਿਹੜੇ ਮਨੀ ਟ੍ਰਾਂਸਫਰ ਨੇ ਉਹਦੇ ਵਿੱਚ ਇਹ ਫੈਸਿਲਿਟੀ ਨਹੀਂ ਹੈਗੀ? ਸਾਰੇ 2-3 ਦਿਨ ਦਾ ਟਾਈਮ ਰੱਖਦੇ ਆ। ਓਕੇ, ਪਰ ਇਹ 10 ਮਿੰਟ ਦੇ ਵਿੱਚ ਮਨੀ ਟ੍ਰਾਂਸਫਰ ਹੋ ਜਾਂਦਾ ਜੀ। ਤਾਂ ਬੈਂਕ ਔਨਲਾਈਨ ਜਿਹੜਾ ਸਿਸਟਮ ਹੈ ਉਹ ਵੀ ਸਟਰੋਂਗ ਹੈ। ਹਾਂਜੀ, ਅਤੇ ਰੀਆ ਮਨੀ ਟ੍ਰਾਂਸਫਰ ਨੂੰ ਜੇਕਰ ਅਸੀਂ ਰਿਲੇਟ ਕਰੀਏ ਤਾਂ ਉਹਨਾਂ ਦੇ ਜਿਹੜੇ ਆਫਿਸਿਸ ਹਨ, ਕੀ ਉਹ ਜਿਵੇਂ ਹੁਣ ਪੰਜਾਬ ਦੀ ਗੱਲ ਕਰ ਲਈਏ, ਉੱਥੇ ਕਿੱਥੋਂ ਵੀ ਜਾ ਕੇ ਮਨੀ ਕਢਾ ਸਕਦੇ ਹਾਂ? ਹਾਂਜੀ, ਤੁਸੀਂ ਕਿਸੇ ਵੀ ਲੋਕੇਸ਼ਨ ਤੋਂ ਪੈਸੇ ਲੈ ਸਕਦੇ ਹਾਂ। ਓਕੇ, ਆਪਣੇ ਓਕੇ, ਅਤੇ ਜਿਹੜੀ ਉਹ ਸਲਿੱਪ ਮਿਲਦੀ ਹੈ, ਬਸ ਤੁਹਾਨੂੰ ਉਹ ਸਲਿੱਪ ਦਿਖਾਉਣੀ ਹੈ ਔਰ ਤੁਸੀਂ ਜਾ ਕੇ ਉਹ ਪੈਸੇ ਕਲੈਕਟ ਕਰ ਸਕਦੇ ਹੋ ਕਿਸੇ ਵੀ ਅਦਾਰੇ ਤੋਂ, ਚਾਹੇ ਉਹ ਰੀਆ ਮਨੀ ਟ੍ਰਾਂਸਫਰ ਅਗਰ ਪੰਜਾਬ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਨਹੀਂ ਹੈ ਤਾਂ ਕਿਤੇ ਤੋਂ ਵੀ ਲੈ ਸਕਦੇ ਹਾਂ, ਕਿੱਥੋਂ ਤੋਂ ਵੀ ਲੈ ਸਕਦੇ ਹਾਂ ਜਾ ਕੇ। ਅਤੇ ਜਿਵੇਂ ਸਾਨੂੰ ਦੱਸਿਆ ਡੀਜੇ ਸੁਖਜਿੰਦਰ ਨੇ ਕਿ ਰੀਆ ਮਨੀ ਟ੍ਰਾਂਸਫਰ ਜਿਹੜਾ ਉਹ ਸਭ ਤੋਂ ਵੱਖਰੀ ਇੱਕ ਫੈਸਿਲਿਟੀ ਦਿੰਦਾ, ਸਰਵਿਸਿਜ਼ ਦਿੰਦਾ ਦੂਜੇ ਜਿਹੜੇ ਅਦਾਰੇ ਹਨ, ਚਾਹੇ ਉਹ ਮਨੀ ਟ੍ਰਾਂਸਫਰ ਹੋਏ, ਮਨੀਗ੍ਰਾਮ ਹੋਏ ਜਾਂ ਹੋਰ ਵੀ ਜਿਹੜੇ ਵੱਖ ਵੱਖ ਅਦਾਰੇ ਹਨ, ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਉਹਨਾਂ ਤੋਂ ਜ਼ਿਆਦਾ ਅੱਛੀ ਫੈਸਿਲਿਟੀਜ਼, ਉਹਨਾਂ ਤੋਂ ਜ਼ਿਆਦਾ ਸਰਵਿਸਿਜ਼ ਜਿਹੜੀ ਹੈ ਰੀਆ ਮਨੀ ਟ੍ਰਾਂਸਫਰ ਵੱਲੋਂ ਦਿੱਤੀ ਜਾਂਦੀ ਹੈ। ਡੀਜੇ ਸੁਖਜਿੰਦਰ, ਗੁਰੂ ਘਰ ਜਾਣਾ ਕਿੰਨਾ ਇੰਪੋਰਟੈਂਟ ਹੈ ਸਾਡੀ ਨਵੀਂ ਯੂਥ ਨੂੰ, ਜਾਂ ਫਿਰ ਇਸ ਪੋਜ਼ਿਟਿਵਿਟੀ ਦੇ ਨਾਲ ਜੁੜਨਾ ਕਿੰਨਾ ਕਿਉਂ ਇੰਪੋਰਟੈਂਟ ਆ? ਗੁਰਦੁਆਰੇ ਤਾਂ ਭਾਅ ਜੀ ਜਾਣਾ ਚਾਹੀਦਾ ਜੀ, ਕਿਉਂਕਿ ਉਸ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਆਪਾਂ। ਜੇ ਇਨਸਾਨ ਕਹਿ ਦਿੰਦਾ ਕਿ ਮੈਂ ਗੁਰਦੁਆਰੇ ਨਹੀਂ ਜਾਣਾ ਤਾਂ ਉਹ ਫਿਰ ਕੁਛ ਵੀ ਨਹੀਂ, ਜ਼ੀਰੋ। ਸਾਡੇ ਹੀ ਸਵੇਰ ਹੀ ਵਾਹਿਗੁਰੂ ਦਾ ਨਾਂ ਲੈਣ 'ਤੇ ਸ਼ੁਰੂ ਹੁੰਦੀ ਹੈ, ਬਿਲਕੁਲ, ਅਤੇ ਰਾਤ ਨੂੰ ਸੌਣ ਤੋਂ ਪਹਿਲੇ ਵੀ ਸਾਨੂੰ ਵਾਹਿਗੁਰੂ ਕਹਿਣਾ ਪੈਣਾ। ਮੈਂ ਦਰਸ਼ਕਾਂ ਨੂੰ ਇਸ ਕਰਕੇ ਮੈਂ ਦੱਸਣਾ ਚਾਹੁੰਦਾ, ਮੈਂ ਇਸ ਕਰਕੇ ਪੁੱਛਿਆ ਕਿਉਂਕਿ ਜਦ ਵੀ ਅਸੀਂ ਕੋਈ ਵੀ ਨਗਰ ਕੀਰਤਨ ਜਾਂ ਫਿਰ ਅਸੀਂ ਕੋਈ ਵੀ ਸਾਊਥ ਰਿਚਮੰਡ ਹਿੱਲ ਦੇ ਵਿੱਚ ਜਦ ਅਸੀਂ ਜਾਂਦੇ ਹਾਂ ਅਤੇ ਉੱਥੇ ਅਸੀਂ ਆਪ ਖੁਦ ਵੇਖਿਆ ਡੀਜੇ ਸੁਖਜਿੰਦਰ ਨੂੰ ਬੜੇ ਹੀ ਸਕਾਰਾਤਮਕ ਤਰੀਕੇ ਦੇ ਨਾਲ ਔਰ ਬੜੇ ਹੀ ਭਾਵੁਕ ਤਰੀਕੇ ਦੇ ਨਾਲ ਉਹ ਸੇਵਾ ਕਰਦੇ ਹਨ, ਔਰ ਚਾਹੇ ਉਹ ਲੰਗਰ ਲਾਉਣ ਦੀ ਸੇਵਾ ਹੋਏ, ਚਾਹੇ ਉਹ ਵੱਖ ਵੱਖ ਸਟਾਲਸ ਲਾਉਣ ਦੀ ਸੇਵਾ ਹੋਏ, ਡੀਜੇ ਸੁਖਜਿੰਦਰ ਵੱਲੋਂ ਨਿਭਾਈ ਜਾਂਦੀ ਹੈ। ਔਰ ਉਹ ਗੁਰੂ ਘਰ ਨੂੰ ਮੰਨਣ ਵਾਲੇ ਵੀ ਹਨ ਔਰ ਨਾਲ ਆਪਣੇ ਪਰਿਵਾਰ ਨੂੰ ਵੀ ਗੁਰੂ ਘਰ ਦੇ ਨਾਲ ਜੋੜਦੇ ਹਨ। ਡੀਜੇ ਸੁਖਜਿੰਦਰ, ਇੱਕ ਗੱਲ ਹੋਰ ਤੁਸੀਂ ਦੱਸ ਦਿਓ ਕਿ ਤੁਹਾਡਾ ਇਸ 20 ਸਾਲ ਦੇ ਵਿੱਚ ਅਮਰੀਕਨ ਡ੍ਰੀਮ ਕਹਿੰਦੇ ਨੇ ਜਿਹਨੂੰ, ਅਮਰੀਕਾ ਦੇ ਵਿੱਚ ਸੁਪਨਾ, ਕੀ ਉਹ ਪੂਰਾ ਹੋ ਗਿਆ ਜਾਂ ਫਿਰ ਕੁਛ ਇੱਕ ਗੱਲ ਰਹਿ ਗਈ ਹੈ ਉਹ ਵੀ ਤੁਸੀਂ ਪੂਰਾ ਕਰ? ਨਹੀਂ, ਅਮਰੀਕਾ ਦੇ ਵਿੱਚ ਰਹਿ ਕੇ ਸੁਪਨੇ ਤਾਂ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਆ। ਓਕੇ, ਕੋਸ਼ਿਸ਼ ਇਹੀ ਆ ਵੀ ਜਿਹੜਾ ਸੁਪਨਾ ਸੋਚਿਆ ਉਹਨੂੰ ਪੂਰਾ ਕਰ ਲਓ। ਓਕੇ, ਤੇ ਟਰਾਈ। ਓਕੇ, ਤੇ ਘਰ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਕੌਣ ਕੌਣ ਹੈ? ਮੰਮੀ ਡੈਡੀ, ਮੰਮੀ ਡੈਡੀ ਉੱਥੇ ਨੇ, ਦੋ ਬ੍ਰਦਰ ਉੱਥੇ, ਦੋ ਬ੍ਰਦਰ ਉੱਥੇ ਨੇ, ਤੇ ਦੋ ਬ੍ਰਦਰ ਕੀ ਕਰਦੇ ਨੇ? ਇੱਕ ਤਾਂ ਆਰਮੀ ਵਿੱਚ ਹੈ, ਦੂਸਰਾ ਇਟਲੀ ਵਿੱਚ। ਅੱਛਾ, ਇੱਕ ਆਰਮੀ ਦੇ ਵਿੱਚ, ਇੱਕ ਇਟਲੀ ਦੇ ਵਿੱਚ, ਅਤੇ ਘਰ ਜਿਹੜਾ ਤੁਹਾਡਾ ਉੱਥੇ ਬੁਲਤ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਹੈ? ਪਿੰਡ ਮੇਰਾ ਨੰਗਲਵਾਨਾ, ਓਕੇ, ਡਿਸਟ੍ਰਿਕਟ ਕਪੂਰਥਲਾ, ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਹੈ। ਅਤੇ ਜੇਕਰ ਹੁਣ ਅਸੀਂ ਬੈਕ ਚਲੇ ਜਾਈਏ ਪੰਜਾਬ ਦੇ ਵਿੱਚ, ਉੱਥੇ ਤੁਸੀਂ ਜਾਂਦੇ ਰਹਿੰਦੇ ਹੋ ਆਪਣੀ ਫੈਮਿਲੀ ਦੇ ਨਾਲ, ਅਤੇ ਉੱਥੇ ਕੋਈ ਤੁਸੀਂ ਚੇਂਜਸ ਵੇਖੇ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਇਹ ਚੇਂਜ ਹੋਣਾ ਉੱਥੇ ਬੇਹੱਦ ਜ਼ਰੂਰੀ ਹੈ? ਚੇਂਜਸ ਤਾਂ ਉੱਥੇ ਬਹੁਤ ਹੈ ਜਿਹੜੀਆਂ ਹੋ ਸਕਦੀਆਂ। ਓਕੇ,
ਪਰ ਜੋ ਪਹਿਲੇ ਸੀ ਉਹ ਹੈ ਨਹੀਂ ਉੱਥੇ ਹੁਣ। ਉਹ ਪਹਿਲੇ ਜਿਹੜੀ ਗੱਲਾਂ ਸੀਗੀਆਂ ਉਹ ਹੈ ਨਹੀਂ ਉੱਥੇ। ਓਕੇ, ਇਸ ਕਰਕੇ ਹੁਣ ਜਿਹੜੀ ਯੂਥ ਹੈ ਜਾਂ ਫਿਰ ਜਿਹੜੇ ਪਰਿਵਾਰ ਹਨ ਉਹ ਮੂਵ ਹੋ ਰਹੇ ਹਨ ਵਿਦੇਸ਼ਾਂ ਦੇ ਵਿੱਚ ਜੀ। ਓਕੇ ਓਕੇ, ਠੀਕ ਹੈ ਡੀਜੇ ਸੁਖਜਿੰਦਰ, ਇੱਕ ਤੁਸੀਂ ਮੈਨੂੰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਲਈ ਇਹ ਜ਼ਰੂਰ ਇੱਕ ਕੁਛ ਪੈਗਾਮ ਜਾਂ ਫਿਰ ਕੁਛ ਸੁਨੇਹਾ ਜਾਂ ਫਿਰ ਕੋਈ ਨਵੀਂ ਸਰਵਿਸਿਜ਼ ਜਾਂ ਫਿਰ ਕੋਈ ਨਵੀਂ ਆਫਰ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਜੋ ਤੁਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਕਿ ਉਹ ਤੁਹਾਡੇ ਸਟੋਰ ਦੇ ਵਿੱਚ ਆਉਣ ਔਰ ਉਹ ਸਾਰੀ ਫੈਸਿਲਿਟੀ ਔਰ ਸਰਵਿਸਿਜ਼ ਤੁਹਾਡੇ ਤੋਂ ਲੈਣ। ਨਵੀਂ ਸਰਵਿਸ ਤਾਂ ਹਰ ਘਰ ਲਈ ਬਿੱਲ ਪੇਮੈਂਟ ਹੈ ਜਿਹੜੀ ਉਹੀ ਹੈ ਆਪਣੇ ਕੋਲ ਇਸ ਟਾਈਮ। ਓਕੇ, ਬਿਲਕੁਲ ਫਰੀ ਆ, ਕੋਈ ਚਾਰਜ ਨਹੀਂ ਉਹਦੇ ਉਸਦੇ ਉੱਪਰ। ਘਰ ਦੇ ਗੈਸ ਦੇ ਬਿੱਲਸ ਜਾਂ ਫਿਰ ਬਿਜਲੀ ਦੇ ਬਿੱਲ ਸਾਰਿਆਂ ਦੇ ਬਿੱਲ ਤੁਸੀਂ ਜਿਸ ਤਰ੍ਹਾਂ ਕਹਿ ਸਕਦੇ ਹੋ ਹਰ ਘਰ ਦੇ ਵਿੱਚ ਚਾਰ ਬਿੱਲ ਤਾਂ ਹੈ ਹੀ ਹੈ। ਓਕੇ, ਉਹ ਚਾਰ ਤੁਸੀਂ ਪੇ ਕਰਨੇ ਕਰਨੇ ਹਨ। ਹਾਂ ਜੀ, ਉਹ ਆਪਾਂ ਕਰਦੇ ਹਾਂ। ਤਾਂ ਤੁਸੀਂ ਉਹ ਕਰਦੇ ਹੋ, ਉਸ ਤੋਂ ਇਲਾਵਾ ਫੈਸਿਲਿਟੀਜ਼ ਹੋਰ ਕਿਹੜੀ ਕਿਹੜੀਆਂ ਹੈਗੀਆਂ? ਇੰਸ਼ੋਰੈਂਸ ਦਾ ਵੀ ਤੁਹਾਡੇ ਕੋਲ ਹੈਗਾ? ਇੰਸ਼ੋਰੈਂਸ ਵੀ ਕਰਦੇ ਹਾਂ ਜੀ, ਇੰਸ਼ੋਰੈਂਸ ਵੀ ਕਰਦੇ ਹੋ। ਓਕੇ, ਇਸ ਤੋਂ ਇਲਾਵਾ ਕੋਈ ਹੋਰ ਫੈਸਿਲਿਟੀ ਜਾਂ ਫਿਰ ਜਿਵੇਂ ਕਿਸੇ ਪੰਜਾਬੀ ਭਰਾ ਨੂੰ ਅਟਰਨੀ ਦੀ ਜ਼ਰੂਰਤ ਹੈ ਤਾਂ ਤੁਹਾਡੇ ਉਹ ਵੀ ਸੰਬੰਧ ਹਨ? ਹਾਂਜੀ, ਉਹ ਵੀ ਮੁੰਡਾ ਹੈ ਬੈਟ ਕਰਦਾ ਕੰਮ ਉਹ ਵੀ। ਤੇ ਸਾਰੀ ਫੈਸਿਲਿਟੀਜ਼ ਮਤਲਬ ਐਂਡ ਆਫ ਦ ਡੇ ਤੁਹਾਡੇ ਸਟੋਰ ਦੇ ਵਿੱਚ ਹੈ, ਤੇ ਮਤਲਬ ਯੂਨੀਵਰਸਲ ਸੋਲੂਸ਼ਨ ਕਹਿ ਸਕਦੇ ਆਪਾਂ ਡੀਜੇ ਸੁਖਜਿੰਦਰ ਨੂੰ, ਹੈ ਯੂਨੀਵਰਸਲ ਕੰਮਾਂ ਦੇ ਮਾਹਿਰ ਕਹਿ ਸਕਦੇ ਆ ਡੀਜੇ ਸੁਖਜਿੰਦਰ ਨੂੰ। ਤੇ ਇੱਕ ਜਾਂਦੇ ਜਾਂਦੇ ਦੱਸ ਦਿਓ ਮੈਨੂੰ ਡੀਜੇ ਦੇ ਵਿੱਚ ਅੱਜ ਕੱਲ ਨਵਾਂ ਗਾਣਾ ਕਿਹੜਾ ਵਧੀਆ ਚੱਲ ਰਿਹਾ? ਡੀਜੇ ਦੇ ਵਿੱਚ ਗਾਣੇ ਸਾਰੇ ਵਧੀਆ ਚੱਲਦੇ ਆ, ਮਾੜਾ ਗਾਣਾ ਤੇ ਡੀਜੇ ਤੇ ਚੱਲਦਾ ਹੀ ਨਹੀਂ। ਸਭ ਤੋਂ ਬੈਸਟ ਗਾਣਾ ਤੇ ਜਿਹੜਾ ਅੱਜ ਕੱਲ ਚੱਲ ਰਿਹਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦਿਓ, ਇਹ ਤੁਹਾਨੂੰ ਤੇ ਲੋਕ ਡਿਮਾਂਡ ਕਰਦੇ ਨੇ ਜੀ। ਬਿਲਕੁਲ ਕਰਦੇ ਨੇ, ਵੈਰੀ ਗੁੱਡ। ਤੇ ਇਹ ਸੀਗੇ ਜੀ ਡੀਜੇ ਸੁਖਜਿੰਦਰ, ਜਿਨ੍ਹਾਂ ਨੇ ਆਪਣੀ ਗੱਲ ਰੱਖੀ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ, ਔਰ ਡੀਜੇ ਦੇ ਨਾਲ ਨਾਲ ਇਹ ਬਿਜ਼ਨਸਮੈਨ ਵੀ ਹਨ, ਕਿਉਂਕਿ ਅਮਰੀਕਾ ਦੀ ਧਰਤੀ ਦੇ ਉੱਤੇ ਤੁਹਾਨੂੰ ਹਰ ਰੋਲ ਨਿਭਾਉਣਾ ਪੈਂਦਾ, ਚਾਹੇ ਉਹ ਡੀਜੇ ਦਾ ਹੋਵੇ, ਚਾਹੇ ਉਹ ਆਪਣਾ ਕੰਮ ਕਰਨ ਦਾ ਹੋਵੇ। ਲੇਕਿਨ 20 ਸਾਲ ਦੀ ਇਸ ਮਿਹਨਤ ਦੇ ਵਿੱਚ ਡੀਜੇ ਸੁਖਜਿੰਦਰ ਨੇ ਕਦੀ ਵੀ ਹਿੰਮਤ ਨਹੀਂ ਹਾਰੀ, ਅੱਗੇ ਵਧਦੇ ਰਹੇ ਔਰ ਵਿਜ਼ਨ ਰੱਖਿਆ ਕਿ ਸਿਰਫ ਅਕਾਲ ਪੁਰਖ 'ਤੇ ਭਰੋਸਾ ਰੱਖੋ ਔਰ ਆਪਣੀ ਮਿਹਨਤ 'ਤੇ ਭਰੋਸਾ ਰੱਖੋ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਡੀਜੇ ਸੁਖਜਿੰਦਰ ਦੇ ਨਾਲ ਇਸ ਖਾਸ ਪੇਸ਼ਕਸ਼ ਦੇ ਵਿੱਚ। ਬਹੁਤ ਬਹੁਤ ਧੰਨਵਾਦ।